ਬੀਜੇਪੀ ਦੇ ਲੀਡਰ ਨੂੰ ਨਹੀਂ ਬਣ ਦੇਵਾਂਗੇ, ਨਹੀਂ ਬਣ ਦੇਵਾਂਗੇ, ਨਹੀਂ ਬਣ ਦੇਵਾਂਗੇ। ਇਹ ਤਸਵੀਰਾਂ ਸੰਗਰੂਰ ਦੇ ਪਿੰਡ ਨਮੋਲ ਦੀਆਂ ਨੇ। ਇੱਥੇ ਬੀਜੇਪੀ ਖਿਲਾਫ ਪੋਸਟਰ ਲਾਏ ਗਏ ਨੇ। ਪਿੰਡ ਦੇ ਕਿਸਾਨਾਂ ਨੇ ਬੀਜੇਪੀ ਲੀਡਰਾਂ ਦੀ ਐਂਟਰੀ ਬੈਨ ਕੀਤੀ ਹੈ। ਕਿਹਾ ਗਿਆ ਕਿ ਬੀਜੇਪੀ ਨਾਲ ਸੰਬੰਧਿਤ ਲੀਡਰ ਪਿੰਡ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨਾਂ ਦਾ ਇਲਜ਼ਾਮ ਹੈ ਕਿ ਮੋਦੀ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ, ਨਤੀਜੇ ਵਜੋਂ ਉਹਨਾਂ ਇਹ ਫੈਸਲਾ ਲਿਆ। ਤੁਸੀਂ ਅੱਜ ਬੀਜੇਪੀ ਦੇ ਵਿਰੋਧ ਦੇ ਫਲੈਕਸ ਲਾਏ ਨੇ, ਕਿਉਂ ਲਾਏ ਨੇ? ਇਹ ਜੀ ਅਸੀਂ ਬਣ ਨਹੀਂ ਦਿੰਦੇ ਇਹਨਾਂ ਨੂੰ, ਮਤਲਬ ਜੀ ਪਿੰਡਾਂ ਦੇ ਵਿੱਚ ਵਿਰੋਧ ਕਰਾਂਗੇ ਇਹਨਾਂ ਦਾ ਪੂਰਾ ਜਿੰਨਾ ਵੀ ਹੋਊਗਾ। ਵਿਰੋਧ ਦਾ ਕਾਰਨ ਕੀ ਹੈ? ਵਿਰੋਧ ਦਾ ਕਾਰਨ ਜੀ ਸਾਡੀਆਂ ਮੰਗਾਂ ਨਹੀਂ ਮੰਨ ਰਹੇ ਇਹਨਾਂ ਨੇ, ਸਾਡੀਆਂ ਮੰਗਾਂ ਨਹੀਂ ਮੰਨ ਰਹੇ। ਸਾਡੇ ਨੌਜਵਾਨ ਇਹਨਾਂ ਨੇ ਸ਼ਹੀਦ ਕਰੇ ਨੇ, ਗੋਲੀਆਂ ਮਾਰ ਰਹੇ ਨੇਗੇ, ਅਤੇ ਆਪਣਾ ਮਤਲਬ ਵੀ ਉੱਥੇ ਸਾਨੂੰ ਖੜ ਨਹੀਂ ਦਿੰਦੇ ਹੈਗੇ, ਉੱਥੇ ਮਤਲਬ ਵੀ ਜਾਣ ਨਹੀਂ ਜਾਣ ਦਿੰਦੇ ਹੈਗੇ ਦਿੱਲੀ ਨੂੰ। ਹੁਣ ਜੇ ਪਿੰਡ 'ਚ ਲੀਡਰ ਆਊ ਵੋਟਾਂ ਮੰਗਣ ਫਿਰ ਨਹੀਂ ਮੰਗ ਅਸੀਂ ਬਣਨ ਦੇ ਜੀ ਇਹਨਾਂ ਨੂੰ। ਇਹ ਦੇਖੋ ਜੋ ਇੱਕ ਮਹੀਨੇ ਤੋਂ ਉੱਪਰ ਹੋ ਗਿਆ, ਸੋ ਕਿਸਾਨੀ ਮੰਗਾਂ ਨੂੰ ਲੈ ਕੇ ਦੋ ਮੋਰਚਿਆਂ ਦੇ ਵੱਲੋਂ ਜਿਹੜੀ ਕਾਲ ਦਿੱਤੀ ਗਈ ਸੀ ਕਿਸਾਨਾਂ ਨੂੰ ਦਿੱਲੀ ਜਾਣ ਲਈ, ਜਿਹੜੀਆਂ ਕਿਸਾਨੀ ਮੰਗਾਂ ਦੀਆਂ ਜਿਹੜੀਆਂ ਮੋਦੀ ਦੀਆਂ 2014 ਤੋਂ ਲੈ ਕੇ ਮੈਨੀਫੈਸਟੋ ਦੇ ਵਿੱਚ ਵਾਅਦੇ ਕਰਦਾ ਹੈਗਾ, ਕਿਸਾਨਾਂ ਦੇ ਕਰਜ਼ੇ ਦੀ ਗੱਲ ਨੂੰ ਲੈ ਕੇ ਵੀ ਕਰਜ਼ਾ ਖਤਮ ਕਰ ਦੂੰਗਾ ਜਦੋਂ ਮੈਂ ਸੱਤਾ 'ਤੇ ਆ ਗਿਆ, ਅਤੇ MSP ਦੇ ਦੂੰਗਾ ਕਿਸਾਨਾਂ ਨੂੰ, ਅਤੇ ਹੋਰ ਜਿਹੜੀਆਂ ਜਿਵੇਂ ਬਿਜਲੀ ਐਕਟ ਨੂੰ ਲੈ ਕੇ ਅਤੇ ਆਹ ਪ੍ਰਦੂਸ਼ਣ ਵਾਲੀ ਗੱਲ ਨੂੰ ਲੈ ਕੇ ਮੰਗਾਂ ਨੂੰ ਲੈ ਕੇ ਜਿਹੜੀਆਂ ਅਸੀਂ ਲਗਭਗ ਬਹੁਤ ਲੰਮੇ ਸਮੇਂ ਤੋਂ ਜਿੱਦੇ ਦੇ ਅਸੀਂ ਦਿੱਲੀ ਅੰਦੋਲਨ ਨੂੰ ਜਿੱਤ ਕੇ ਆਏਗੇ, ਉਦੋਂ ਆ ਕੇ ਅਸੀਂ ਨੇ ਇਹ ਮੰਗਾਂ ਦੇ ਸਾਰੀਆਂ 'ਤੇ ਮੰਗ ਪੱਤਰਾਂ ਜਿਹੜੇ ਦੇਣੇ ਸ਼ੁਰੂ ਕਰਤੇ ਤੇ, ਕਦੇ ਗਵਰਨਰ ਨੂੰ ਅਤੇ ਕਦੇ ਇਹਨਾਂ ਦੇ ਮੰਤਰੀਆਂ ਨੂੰ ਅਤੇ ਕਦੇ DC-ਆਂ ਨੂੰ ਵੀ, DC-ਆਂ ਦੇ ਰਾਹੀਂ ਸਰਕਾਰ ਤੱਕ ਸਾਡੀ ਗੱਲ ਵਗ ਜੀ। ਪਰ ਜਦੋਂ ਸਰਕਾਰ ਨੇ ਅਣਗੌਲਿਆ ਕੀਤਾ ਤਾਂ ਦਿੱਲੀ ਦੀ ਕਾਲ ਆ ਜਿਹੜੀ ਜਥੇਬੰਦੀਆਂ ਵੱਲੋਂ ਦਿੱਤੀ ਗਈ, ਅਤੇ ਜਦੋਂ ਅਸੀਂ ਦਿੱਲੀ ਨੂੰ ਕੂਚ ਕਰਨ ਲਈ 13 ਤਰੀਕ ਨੂੰ ਜਾਣਾ ਮੰਨਿਆ ਤਾਂ ਰਸਤੇ ਦੇ ਵਿੱਚ ਹਰਿਆਣੇ ਦੀ ਸਰਕਾਰ ਦੇ ਵੱਲੋਂ ਬੈਰੀਗੇਟਿੰਗ ਕਰਕੇ ਅਤੇ ਫੋਰਸ ਲਾ ਕੇ ਇੱਕ ਨੈਸ਼ਨਲ ਬਾਰਡਰਾਂ ਦੇ ਵਾਂਗੂ ਕਿਸਾਨਾਂ ਦੇ ਰੋਕਣ ਦੇ ਲਈ ਯਤਨ ਕੀਤੇ ਗਏ, ਅਤੇ ਉਹਦੇ 'ਤੇ ਲਗਭਗ ਕਿਸਾਨਾਂ ਨੂੰ ਫੱਟੜ ਕੀਤਾ ਗਿਆ ਉਸ ਇਲਾਕਿਆਂ ਦੇ ਉੱਪਰ, ਅਤੇ ਅੱਥਰੂ ਗੈਸ ਦੇ ਗੋਲੇ ਦਿਨ ਰਾਤ ਚੱਲੇ ਅਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ, ਜਿਹੜਾ ਨੌਜਵਾਨ ਜਿਵੇਂ ਸ਼ੁਭਕਰ ਨੌਜਵਾਨ ਉਹ ਸ਼ਹੀਦ ਕੀਤਾ। ਇਸ ਕਰਕੇ ਫਿਰ ਉਹਦੇ ਵਿਰੋਧ ਦੇ ਵਜੋਂ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਵੀ ਜਿੰਨਾ ਚਿਰ ਆਪਣਾ ਮੋਰਚਾ ਚੱਲਦਾ, ਜਿੰਨਾ ਚਿਰ ਆਪਣੀਆਂ ਕਿਸਾਨੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹਨਾਂ ਚਿਰ BJP ਦਾ ਜਿਹੜਾ ਵੀ ਨੁਮਾਇੰਦਾ ਪਿੰਡ ਦੇ ਵਿੱਚ ਆਉਂਦਾ ਗਾ ਉਹ ਤੋਂ ਸਵਾਲ ਕਰੋ, ਅਤੇ ਉਹ ਜੇ ਸਵਾਲਾਂ ਤੋਂ ਭਾਈ ਦਾ ਜਵਾਬ ਨਹੀਂ ਦਿੰਦਾ, ਕਿਉਂਕਿ BJP ਵਾਲਿਆਂ ਕੋਲ ਕੋਈ ਜਵਾਬ ਨਹੀਂ ਹੈਗਾ। ਇਸ ਕਰਕੇ BJP ਦੀ ਸਰਕਾਰ ਦਾ ਜਿੰਨਾ ਚਿਰ ਸਾਡਾ ਅੰਦੋਲਨ ਚੱਲੂਗਾ, ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹਨਾਂ ਚਿਰ BJP ਦਾ ਕੋਈ ਵੀ ਨੁਮਾਇੰਦਾ ਪਿੰਡ ਦੇ ਵਿੱਚ ਅਸੀਂ ਐਂਟਰ ਨਹੀਂ ਹੋਣ ਦੇਵਾਂਗੇ, ਅਤੇ ਅਸੀਂ ਬੋਰਡ ਬਕਾਇਦਾ ਲਾ ਦਿੱਤੇ ਹੈਗੇ ਵੀ ਉਹਨਾਂ ਦਾ ਭਾਈ ਆਉਣਾ ਇੱਥੇ ਸਾਡੇ ਪਿੰਡ ਦੇ ਵਿੱਚ ਸਖਤ ਮਨਾਗਾ ਸਾਡੀਆਂ ਸੱਥਾਂ ਦੇ ਵਿੱਚ, ਅਤੇ ਸਾਡੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਹੈਗੇ, ਅਤੇ ਉਹ ਸਾਡੇ ਨੌਜਵਾਨਾਂ ਅਤੇ ਸਾਡੇ ਕਿਸਾਨਾਂ ਦੇ ਕਾਤਲ ਨੇਗੇ, ਜਿੰਨਾ ਚਿਰ ਉਹਨਾਂ ਨੂੰ ਸਜ਼ਾਵਾਂ ਨਹੀਂ ਹੁੰਦੀਆਂ ਹੈਗੀਆਂ ਅਤੇ ਉਨਾ ਚਿਰ ਅਸੀਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਐਂਟਰ ਹੁੰਦੇ ਵਾਂਗੇ। ਜੇ ਪਿੰਡਾਂ ਦੇ ਵਿੱਚ ਆਉਣਗੇ ਤਾਂ ਉਹ ਆਪਦਾ ਵਿਰੋਧ ਕਰਾ ਕੇ ਜਾਣਗੇ, ਫਿਰ ਉਹ ਆਪ ਦਾ ਸਾਹਮਣਾ ਕਰ ਲੈਣ, ਸਾਡੇ ਕਿਸਾਨ ਅਤੇ ਸਾਡੀਆਂ ਭੈਣਾਂ ਪੂਰੇ ਜਾਗਰੂਕ ਨਾ ਹੋਣ, ਫਿਰ ਹੁਣ ਇਹ ਨਹੀਂ ਹੋਊਗਾ ਵੀ BJP ਦਾ ਕੋਈ ਨੁਮਾਇੰਦਾ ਸਾਡੀ ਸੱਥਾਂ ਜਾ ਕੇ ਜੁਮਲਾ ਸੱਟ ਜੂਗਾ ਵੀ ਸਾਡੇ ਕਿਸਾਨ ਉੱਥੇ ਬੈਠੇ ਹੋਏ ਆ, ਅਸੀਂ ਕਾਤਲ ਮੰਨਦੇ ਹਾਂ ਉਹਨਾਂ ਨੂੰ, ਕਾਤਲ ਆ ਸਾਡੇ ਕਿਸਾਨਾਂ ਦੇ ਅਤੇ ਸਾਡੇ ਸ਼ੁਭਕਰ ਨੌਜਵਾਨ ਦੇ, ਜਿੰਨਾ ਚਿਰ ਉਹਦਾ ਇਨਸਾਫ ਸਹੀ ਢੰਗ ਦੇ ਨਾਲ ਅਤੇ ਜਿੰਨਾ ਚਿਰ ਸਾਡੀਆਂ ਕਿਸਾਨੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹਨਾਂ ਟਾਈਮ ਕੋਈ ਵੀ BJP ਦੇ ਨੁਮਾਇੰਦੇ ਨੂੰ ਨਮੋਲ ਪਿੰਡ ਦੇ ਵਿੱਚ ਅਸੀਂ ਐਂਟਰ ਨਹੀਂ ਹੋਣ ਦੇਵਾਂਗੇ। Thank you.